फरीदकोट विच ओवर स्पीड वालियां दी आई शामत। स्पीडोमीटर मशीन ने व्हीकल चालकां नूं पाया वक्त। डेढ़ महीने च फरीदकोट विच एक्सीडेंट होण तों हो गया बचा। फरीदकोट तों मनप्रीत सिंह दी रिपोर्ट, लाइव भारत। की नाम है और की कहना चाहोगे? मेरा नाम जगपाल सिंह है। साडा सिलेंसर दा चलान होया जी, ਅਸੀਂ ਲਿਆ ਸੀਗਾ। ਚੇਂਜ ਕਰਾਉਣਾ ਭੁੱਲ ਗਏ। ਚੇਂਜ ਕਰਾਉਣਾ ਚਾਹੀਦਾ, ਵਧੀਆ ਰੂਲ ਆ, ਸੜਕਾਂ ਵਾਲਾ ਕਰਦੇ ਆ ਚਾਹੀਦਾ। ਅੱਜ ਵੀ ਇਹਨਾਂ ਨੇ ਇੱਕ ਸਪੀਡੋ ਸੋਫਟ ਮਸ਼ੀਨ ਦਾ ਇਸਤੇਮਾਲ ਕੀਤਾ ਜਾ ਰਿਹਾ ਟਰੈਫਿਕ ਜਿਹੜੇ ਇੱਥੋਂ ਦੀ ਆਪਣੀ ਟੀਮ ਹੈ ਉਹਨਾਂ ਵੱਲੋਂ। ਕਿਵੇਂ ਲੱਗਦਾ ਜੇ ਹੋ ਸਕਦਾ ਜੇ ਮਸ਼ੀਨ ਨਾ ਹੁੰਦੀ ਤਾਂ ਨਹੀਂ ਪਤਾ ਲੱਗਣਾ ਸੀ ਅਸੀਂ? ਹਾਂਜੀ, ਇਹ ਅੱਜ ਕੱਲ੍ਹ ਓਵਰ ਸਪੀਡ ਚਲਾਉਂਦਾ ਹਰੇਕ ਬੰਦੇ ਨੂੰ ਗਾਲੀ ਆ ਅੱਜ ਕੱਲ੍ਹ, ਅਤੇ ਐਕਸੀਡੈਂਟ ਵੀ ਜ਼ਿਆਦਾ ਹੁੰਦੇ ਆ। ਕੋਈ ਵਧੀਆ ਗੱਲ ਆ, ਵੇਖ ਕੇ ਅਗਲਾ ਨਹੀਂ ਤਾਂ ਦੂਰੋਂ ਵੇਖ ਕੇ ਅਗਲਾ ਹੌਲੀ ਤਾਂ ਕਰ ਲੈਂਦਾ, ਡਰ ਰਹਿੰਦਾ ਗਾ। ਤੁਹਾਨੂੰ ਕੋਈ ਗੁੱਸਾ ਗਿਲਾ ਕਰੀਗਾ? ਨਾ ਕੋਈ ਗੁੱਸਾ ਗਿਲਾ ਨਹੀਂ। ਕੀ ਤੁਸੀਂ ਆਪਦੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਬਸ ਇਹੀ ਮੈਸੇਜ ਦੇਣਾ ਚਾਹੁੰਦਾ, ਸਿੰਪਲ ਰੱਖੋ ਬਾਈਕ, ਬਾਈਕ ਨੂੰ ਬਾਈਕ ਦੇ ਤੌਰ ਤੇ ਚਲਾਓ, ਫੁੱਲੜ ਬਾਈਕ ਨਾ ਕਰੋ। ਸਿਲੈਂਸਰ ਪਵਾ ਦੇ, ਅਸੀਂ ਬਸ ਕਰਾ ਲਾਂਗੇ ਚੇਂਜ, ਅਸੀਂ ਵੀ ਜਾ ਕੇ ਕਰਾਉਣਾ ਜੀ ਮੇਅਰ ਤੋਂ ਜੀ। ਸਰ, ਇਹ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਸ਼ਹਿਰੀ ਖੇਤਰ ਦੇ ਵਿੱਚ ਲੋਕ ਬਹੁਤ ਜ਼ਿਆਦਾ ਸਪੀਡ ਲੈ ਕੇ ਚੱਲਦੇ ਸੀਗੇ। ਹੁਣ ਸਾਡੇ ਕੋਲ ਸਪੀਡੋ ਸੋਫਟ ਨਾਂ ਦੀ ਮਸ਼ੀਨ ਜਿਹੜੀ ਆ ਚੁੱਕੀ ਹੈ, ਇਹ ਕੈਮਰਾ ਮਸ਼ੀਨ ਹੈ ਅਤੇ ਨਾਲ ਦੀ ਨਾਲ ਹੀ ਆਉਣ ਵਾਲੇ ਵਹੀਕਲ ਦੀ ਸਪੀਡ ਨੂੰ ਰਿਕਾਰਡ ਕਰਕੇ ਸਾਨੂੰ ਦੱਸ ਦਿੰਦੀ ਹੈ, ਅਤੇ ਉਸ ਨਾਲ ਅਸੀਂ ਗੱਡੀ ਨੂੰ ਰੋਕ ਕੇ ਅਤੇ ਉਹਨਾਂ ਦਾ ਚਲਾਨ ਕਰਦੇ ਹਾਂ ਜੀ। ਕਿਸ ਤਰੀਕੇ ਦਾ ਕੰਮ ਕਰਦੀ, ਕਿੰਨੀ ਦੂਰੀ ਤੋਂ ਕਰਦੀ ਹੈ, ਕਿੰਨੀ? ਇਹ ਕਰੀਬ ਅੱਧਾ ਕਿਲੋਮੀਟਰ ਤੋਂ ਆਉਣ ਵਾਲੇ ਵਹੀਕਲ ਦਾ ਇਹ ਵਿਦ ਨੰਬਰ ਉਹਦੀ ਫੋਟੋ ਖਿੱਚ ਲੈਂਦੀ ਹੈ ਔਰ ਸਪੀਡ ਦੱਸ ਦਿੰਦੀ ਹੈ। ਕਿੰਨੀ ਸਪੀਡ ਦੱਸ ਰੱਖਿਆ? ਅਸੀਂ ਜੀ 40 ਦੀ ਸਪੀਡ ਸਾਰੇ ਸ਼ਹਿਰ ਦੇ ਵਿੱਚ ਕਰਵਾਈ ਹੈ ਜੀ। ਇਸ ਪ੍ਰਤੀ ਲੋਕਾਂ ਨੂੰ ਪਹਿਲਾਂ ਮੀਡੀਆ ਰਾਹੀਂ ਜਾਗਰੂਕ ਕੀਤਾ ਗਿਆ ਜੀ, ਫਿਰ ਸੈਮੀਨਾਰ ਵੀ ਕਰਵਾਏ ਗਏ ਆ ਜੀ, ਔਰ ਉਸ ਤੋਂ ਬਾਅਦ ਅਸੀਂ ਥਾਂ ਥਾਂ 'ਤੇ ਇਹ ਬੋਰਡ ਵੀ ਲਗਵਾ ਦਿੱਤੇ ਹੈ। ਹੁਣ ਇਹ ਜਿਹੜੇ ਚਲਾਨ ਕੱਟੇ ਜਾ ਰਹੇ ਆ ਜੀ। ਕਿੰਨਾ ਫਰਕ ਪਿਆ, ਕਿੰਨੇ ਕੁ ਲੋਕ ਅਵੇਅਰ ਹੋਏ ਆ ਜਾਂ ਨਹੀਂ ਹੋਏ? ਕਰੀਬ ਸ਼ਹਿਰ ਦੇ 80% ਲੋਕ ਅਵੇਅਰ ਹੋ ਗਏ ਜੀ ਇਸ ਪ੍ਰਤੀ, ਔਰ ਕਰੀਬ ਡੇਢ ਮਹੀਨੇ ਤੋਂ ਹੁਣ ਕੋਈ ਐਕਸੀਡੈਂਟ ਵੀ ਨਹੀਂ ਹੋਇਆ। ਚਲਾਨਾਂ ਦੀ ਗਿਣਤੀ ਤਾਂ ਕਾਫੀ ਹੋ ਚੁੱਕੀ ਹੈ ਸਰ, ਪਰ ਇਸ ਨਾਲ ਕੋਈ ਮਨੁੱਖੀ ਜਾਨ ਨਹੀਂ ਗਈ ਤੇ ਨਾ ਹੀ ਕੋਈ ਐਕਸੀਡੈਂਟ ਹੋਇਆ ਜੀ। ਸ਼ਹਿਰੀ ਲੋਕ ਤਾਂ ਅਵੇਅਰ ਹੋ ਚੁੱਕੇ ਹੀ, ਲੇਕਿਨ ਜਿਹੜੇ ਬਾਹਰੋਂ ਲੋਕ ਆ ਰਹੇ ਆ, ਅਸੀਂ ਉਹਨਾਂ ਨੂੰ ਵੀ ਪਹਿਲਾਂ ਜਾਗਰੂਕ ਕਰਦੇ ਹਾਂ ਵੀ ਭਾਈ ਤੁਹਾਡੀ ਸਪੀਡ ਆ ਜਿਹੜੀ ਉਹ 40 ਤੋਂ ਉੱਪਰ ਹੈ ਜੀ, ਔਰ ਇਸ ਨਾਲ ਤੁਹਾਡੇ ਐਕਸੀਡੈਂਟ ਹੋ ਸਕਦਾ, ਤੁਹਾਡੀ ਵੀ ਜਾਨ ਜਾ ਸਕਦੀ ਹੈ, ਜਾਂ ਕੋਈ ਰੋਡ 'ਤੇ ਪੈਦਲ ਜਾਂਦਾ ਜੀ, ਜਾਂ ਕੋਈ ਟੂ ਵੀਲਰ ਵਾਲੇ ਦੀ ਜਾਨ ਜਾ ਸਕਦੀ ਹੈ। ਹੁਣ ਤੁਹਾਡੀ ਓਵਰ ਸਪੀਡ ਹੈ, ਇੰਨੀ ਓਵਰ ਸਪੀਡ ਹੈ, ਇਸ ਮੁਤਾਬਕ ਤੁਹਾਡਾ ਚਲਾਨ ਬਣਦਾ ਜੀ, ਚਲਾਨ ਕੀਤਾ ਜਾਂਦਾ। ਤੁਸੀਂ ਇਹ ਵੀ ਦੱਸੋ ਜੀ, ਜਦੋਂ ਸਪੀਡ ਵਾਲੀ ਤੁਹਾਡੀ ਮਸ਼ੀਨ ਦਾ ਤੁਸੀਂ ਇਸਤੇਮਾਲ ਕਰਦੇ ਹੈ, ਉਸ ਵਕਤ ਤੁਸੀਂ ਸੀਟ ਬੈਲਟ ਲੱਗੀ ਨਹੀਂ ਹੁੰਦੀ ਕਿਸੇ 'ਤੇ, ਜਾਂ ਕੋਈ ਹੋਰ ਜਿਹੜੀਆਂ ਕਮੀਆਂ ਹੁੰਦੀਆਂ ਵਹੀਕਲ ਚਾਰਕ ਦੀਆਂ ਜਾਂ ਵਹੀਕਲ ਦੇ ਵਿੱਚ, ਉਹਦੀ ਵੀ ਜਿਹੜਾ ਚਲਾਨ ਕਰਦੇ? ਬਿਲਕੁਲ ਕਰੀਦਾ ਜੀ, ਇਸ ਚੀਜ਼ ਦੇ ਪੂਰੇ ਕਾਗਜ਼ਾਤ ਦੇਖੇ ਜਾਂਦੇ ਆ ਜੀ, ਉਹਨਾਂ ਦਾ ਬੀਮਾ, ਉਹਨਾਂ ਦਾ ਪੋਲਿਊਸ਼ਨ, ਡਰਾਈਵਿੰਗ ਲਾਇਸੈਂਸ, ਸਾਰਾ ਕੁਝ ਦੇਖ ਕੇ ਅਸੀਂ ਚਲਾਨ ਕਰਦੇ ਹਾਂ।